अस्सलाम वालेकुम। वड्डे पाएं ते छोटे पाएं, इधर करो जरा ध्यान। आए नदीम कबारिये दी दुकान ते तोड़े ने साडे उत्ते पहले ही बड़े आसान, क्योंकि तुसी साडी वीडियो अपलोड होण तो पहले ही करदे जांदे आ ध्यान। असी भी लगे हां उस्मान राजपूत दी फरमाइश ते पानी वाले पंप ते वीडियो बनाण। उस्मान भाई पुछदे पए सी यार ना, तुसी पंप किवें खरीदना चाहिए, पानी वाला पंप जिहड़ा ਉਹ ਕਿਲੋ ਕਿਵੇਂ ਖਰੀਦਣਾ ਚਾਹੀਦਾ ਤੇ ਉੱਕਾ ਮੁੱਕਾ ਕਿਵੇਂ ਖਰੀਦਣਾ ਚਾਹੀਦਾ। ਤੇ ਉਸਮਾਨ ਭਾਈ ਜਿਹੜਾ ਪਾਣੀ ਵਾਲਾ ਪੰਪ ਹੈ, ਅਗਰ ਤੁਸੀਂ ਉੱਕਾ ਮੁੱਕਾ ਖਰੀਦੇ ਹੋ ਤੇ ਤਕਰੀਬਨ 4,000-4,500 ਰੁਪਏ ਤੱਕ ਖਰੀਦੋ ਉਹਨੂੰ। ਅਸੀਂ ਇਹ ਪੰਪ ਖਰੀਦਿਆ 4,500 ਰੁਪਏ ਦਾ, ਅਸੀਂ ਉੱਕਾ ਮੁੱਕਾ ਲਿਆ। ਉਹਨਾਂ ਦੀ ਅਸੀਂ ਐਵਰੇਜ ਕੱਢੀ ਹੈ, ਇਹਦਾ ਵਜ਼ਨ ਹੋਇਆ 23 ਕਿਲੋ 800 ਗ੍ਰਾਮ। ਜੇਕਰ ਤੁਸੀਂ ਤੋੜ ਕੇ ਖਰੀਦਣਾ ਚਾਹੁੰਦੇ ਤੇ ਫਿਰ ਇਹਨੂੰ 180-90 ਰੁਪਏ ਕਿਲੋ ਖਰੀਦੋ, ਕਿਉਂਕਿ ਇਹਦੇ ਅੰਦਰ ਹੁੰਦੀ ਸਾਰੀ ਦੇਗ। ਇਹ ਸਾਰੀ ਟੋਟਲੀ ਦੇਗ ਹੁੰਦੀ, ਇਹ ਸਿਰਫ ਇੱਕ ਰੋਟਰ ਹੁੰਦਾ ਜਿਹੜਾ ਲੋਹੇ ਦਾ ਹੁੰਦਾ। ਇਸ ਲਈ ਤੁਸੀਂ ਇਹਨੂੰ 180-90 ਰੁਪਏ ਕਿਲੋ ਖਰੀਦੋ। ਇਹਦੇ ਅੰਦਰ 1 ਕਿਲੋ ਕਾਪਰ ਹੁੰਦਾ, ਇਹਦੇ ਅੰਦਰ ਕਨਫਰਮ ਹੁੰਦਾ। ਉਸ ਤੋਂ ਇਲਾਵਾ ਜਿਹੜਾ ਥੋੜ੍ਹਾ ਵੱਡਾ ਪੰਪ ਹੋਵੇ ਉਹਦੇ ਅੰਦਰ ਸ਼ਾਇਦ 1.25 ਕਿਲੋ ਵੀ ਨਿਕਲ ਆਉਂਦਾ। ਇੱਕ ਇਹਦੇ ਅੰਦਰ ਰੋਟਰ ਹੁੰਦਾ, ਇੱਥੇ ਅੰਦਰ ਇਹਨੂੰ ਖੋਲੋਗੇ ਨਾ ਤੁਸੀਂ, ਇਹਦੇ ਅੰਦਰ ਰੋਟਰ ਨਿਕਲਦਾ ਪਿੱਤਲ ਦਾ, ਉਹ ਵੀ ਕਿਸੇ ਕਿਸੇ 'ਚ ਨਿਕਲਦਾ, ਹਰ ਕਿਸੇ 'ਚ ਨਹੀਂ ਨਿਕਲਦਾ। ਉਹ ਤਕਰੀਬਨ ਜੇ ਅਗਰ ਨਿਕਲ ਆਵੇ ਤਾਂ 1/2 ਕਿਲੋ ਪਿੱਤਲ ਹੁੰਦਾ ਇਹਦੇ ਅੰਦਰ। ਇਸ ਲਈ ਸਾਰੀਆਂ ਚੀਜ਼ਾਂ ਜ਼ਿਹਨ 'ਚ ਰੱਖ ਕੇ ਖਰੀਦਣਾ, ਕਿਉਂਕਿ ਸਾਰੀ ਇਹ ਦੇਗ ਤੇ ਪੰਪ ਖਰੀਦਣਾ ਤੁਸੀਂ 180-90 ਰੁਪਏ ਕਿਲੋ। ਅਗਰ 180-90 ਰੁਪਏ ਕਿਲੋ ਖਰੀਦੋਗੇ ਤੇ ਫਿਰ ਤੁਹਾਨੂੰ ਅੱਲਾਹ ਪਾਕ ਕਹਿੰਦੇ ਚ ਰੋਜ਼ੀ ਦੇਵੇਗਾ। ਅਸੀਂ 4,500 ਰੁਪਏ ਦਾ ਖਰੀਦਿਆ, ਲੇਕਿਨ ਇਹ ਹੈਗਾ ਬਿਲਕੁਲ ਸਹੀ ਹੈ। ਅਸੀਂ ਇਹਨੂੰ ਵੈਸੇ ਸੇਲ ਨਹੀਂ ਕਰਨਾ, ਭੰਨ ਤੋੜਨਾ ਨਹੀਂ ਗਾ, ਅਸੀਂ ਇਹਨੂੰ ਵੈਸੇ ਹੀ ਸੇਲ ਕਰਾਂਗੇ, ਚੰਗੀ ਕੀਮਤ 'ਚ ਵਿਕ ਜਾਵੇਗਾ। ਤੇ ਇਹਦੇ ਅੰਦਰ ਕਿਲੋ 1 ਕਾਪਰ ਹੈ, ਸਿਰਫ ਇਹਦੇ ਅੰਦਰ ਰੋਟਰ ਹੁੰਦਾ ਜਿਹੜਾ ਲੋਹੇ ਦਾ ਹੁੰਦਾ, ਬਾਕੀ ਟੋਟਲ ਹੀ ਦੇਗ ਹੁੰਦੀ ਹੈ। ਤੁਸੀਂ ਕੋਸ਼ਿਸ਼ ਕਰਨੀ ਹੈ 180-90 ਰੁਪਏ ਤੋਂ ਉੱਤੇ ਨਹੀਂ ਖਰੀਦਣਾ ਇਹਨੂੰ। ਅਗਰ ਇਸ ਤੋਂ ਜੇ ਅਗਰ 28-30 ਕਿਲੋ ਦਾ ਵਜ਼ਨ ਇਹਦਾ ਹੋਇਆ ਨਾ, ਤੇ ਫਿਰ ਤਾਂ ਤੁਸੀਂ ਇਸ ਤੋਂ ਵੀ ਥੱਲੇ ਖਰੀਦਣਾ, ਕਿਉਂਕਿ ਜਿੰਨਾ ਵਜ਼ਨ ਉੱਤੇ ਜਾਂਦਾ ਫਿਰ ਦੇਗ ਹੁੰਦੀ, ਦੇਗ ਦਾ ਵਜ਼ਨ ਨੁਕਸਾਨ ਹੋ ਜਾਂਦਾ। ਤੇ ਨੁਕਸਾਨ ਤੋਂ ਬਚਣ ਵਾਸਤੇ 180-90 ਹੱਦ ਜ਼ਿਆਦਾ ਤੋਂ ਤੁਹਾਨੂੰ ਕੋਈ ਚੰਗਾ ਲੱਗਦਾ ਤੇ 200 ਰੁਪਏ ਕਿਲੋ ਤੱਕ ਖਰੀਦਣਾ, ਵਰਨਾ ਇਸ ਤੋਂ ਉੱਤੇ ਨਹੀਂ ਖਰੀਦਣਾ। ਲੋ ਜੀ, ਅੱਜ ਦੀ ਸਾਡੀ ਵੀਡੀਓ ਸੀ ਪਾਣੀ ਵਾਲੇ ਪੰਪ ਦੇ। ਇਨਸ਼ਾਅੱਲਾ ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।